ਬਠਿੰਡਾ ਪੁਲਿਸ ਵੱਲੋਂ ਅਜਿਹੇ ਦੋ ਮੈਂਬਰੀ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਰੈੱਡ ਮਰਕਰੀ ਟਿਊਬ ਨਾਲ ਕੋਰੋਨਾ ਦਾ ਇਲਾਜ ਕਰਨ ਦੀ ਅਫਵਾਹ ਫੈਲਾ ਕੇ ਲੋਕਾਂ ਨੂੰ ਲੁੱਟਣ ਦਾ ਕੰਮ ਕੀਤਾ ਜਾ ਰਿਹਾ ਸੀ। ਗਰੋਹ ਬਾਰੇ ਜਾਣਕਾਰੀ ਦਿੰਦਿਆਂ SSP ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਕਿਹਾ ਕਿ 24 ਜਨਵਰੀ ਦੇਰ ਰਾਤ ਕੰਟਰੋਲ ਰੂਮ ਉੱਤੇ ਲੁੱਟਖੋਹ ਦੀ ਸੂਚਨਾ ਮਿਲੀ ਸੀ, ਜਿਸ ਉੱਤੇ ਕਾਰਵਾਈ ਕਰਦਿਆਂ ਥਾਣਾ ਕੈਂਟ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਚੌਵੀ ਦੋ 21 ਨੂੰ ਕਰੀਬ 6 ਵਜੇ ਸਾਡੇ ਕੰਟਰੋਲ ਰੂਮ ਦੀ 112 ਹੈਲਪਲਾਈਨ 'ਤੇ ਕਾਲ ਆਈ ਸੀਗੀ। ਕਾਲਰ ਦਾ ਨਾਂ ਸੀ ਸਵਰਾਜ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਭਾਗੂ। ਇਸਨੇ ਇਤਲਾਹ ਦਿੱਤੀ ਕਿ ਇਹਦੇ ਕੋਲੋਂ ਦੋ ਵਿਅਕਤੀਆਂ ਨੇ 5 ਲੱਖ ਰੁਪਏ ਦਾ ਖੋਹ ਲਿਆ ਹੈਗਾ ਰੋਜ਼ ਗਾਰਡਨ ਦੇ ਨਜ਼ਦੀਕ, ਅਤੇ ਉਹਨੇ ਕੁਛ ਉਹਦੇ ਜਿਹੜਾ ਮੋਟਰਸਾਈਕਲ ਯੂਜ਼ ਹੋਇਆ ਸੀ ਜਿਹਦੇ 'ਤੇ ਉਹ ਅਕਿਊਜ਼ਡ ਆਏ ਸੀਗੇ ਉਹਦਾ ਥੋੜ੍ਹੀ ਜਿਹੀ ਡਿਸਕ੍ਰਿਪਸ਼ਨ ਦਿੱਤੀ ਸੀਗੀ ਅਤੇ ਥੋੜ੍ਹਾ ਜਿਹਾ ਨੰਬਰ ਦਿੱਤਾ ਸੀ। ਇਹਨਾਂ ਨੇ ਮੇਰੇ DSP City 2 ਅਤੇ SHO ਨੇ ਉਸ ਚੀਜ਼ 'ਤੇ ਵਰਕਆਊਟ ਕਰਕੇ ਉਹ ਮੋਟਰਸਾਈਕਲ ਟਰੇਸ ਕੀਤਾ। ਮੋਟਰਸਾਈਕਲ ਜਿਹਦਾ ਸੀਗਾ ਉਹਦਾ ਉਹ ਉਸਨੂੰ ਜਦੋਂ ਮੋਟਰਸਾਈਕਲ ਦਾ ਪਤਾ ਕੀਤਾ ਵੀ ਇਸ ਨੰਬਰ ਦਾ ਮੋਟਰਸਾਈਕਲ ਯੂਜ਼ ਹੋਇਆ ਅਤੇ ਉਹਦੇ ਓਨਰ ਨੂੰ ਟਰੇਸ ਕਰਕੇ ਉਸ ਤੋਂ ਪੁੱਛਿਆ ਵੀ ਤੇਰਾ ਮੋਟਰਸਾਈਕਲ ਕਿੱਥੇ ਹੈ, ਅਤੇ ਉਹ ਓਨਰ ਨੇ ਕਿਹਾ ਵੀ ਇਹ ਮੇਰਾ ਮੋਟਰਸਾਈਕਲ ਸੁਰਜੀਤ ਸਿੰਘ ਓਲੀਅਸ ਭੋਲਾ ਮੰਗ ਕੇ ਲੈ ਕੇ ਗਿਆ ਸੀਗਾ ਉਹਨਾਂ ਕੋਲੋਂ। ਅਤੇ ਫਿਰ ਜਦੋਂ ਸੁਰਜੀਤ ਸਿੰਘ ਇਹ ਹੈਗਾ ਬੀੜ ਬੈਮਣ ਦਾ, ਅਤੇ ਫਿਰ ਇਹਦੀ ਭਾਲ ਕੀਤੀ ਗਈ ਅਤੇ ਇਹਨੂੰ ਲੱਭਿਆ ਸੁਰਜੀਤ ਸਿੰਘ ਤੋਂ। ਫਰਦਰ ਜਦੋਂ ਇਹਨੂੰ ਅਰੈਸਟ ਕੀਤਾ, ਐਪਰੀਹੈਂਡ ਕੀਤਾ ਅਤੇ ਇਹਦੀ ਪੁੱਛਗਿੱਛ ਤੋਂ ਇਹਨੂੰ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਹਨੇ ਫਿਰ ਦੱਸਿਆ ਉਸ ਦੇ ਨਾਲ ਇੱਕ ਬਲਰਾਜ ਸਿੰਘ ਉਰਫ ਡਾਕਟਰ ਨਾਂ ਦਾ ਵੀ ਮੰਡੀ ਕਲਾਂ ਦਾ ਇਹ ਵਿਅਕਤੀ ਵੀ ਨਾਲ ਸੀਗਾ। ਅਤੇ ਇਹਨਾਂ ਨੇ ਬਲਰਾਜ ਇਹਨੂੰ ਸ਼ਿਵਰਾਜ ਨੂੰ ਜਿਹੜਾ ਕਿ ਮੁਕੱਦਮੇ ਦਾ ਸ਼ਿਵਰਾਜ ਸਿੰਘ ਮੁਕੱਦਮੇ ਦਾ ਮਦਈ ਹੈਗਾ ਉਹਨੂੰ ਝਾਂਸਾ ਦਿੱਤਾ ਸੀਗਾ ਕਿ ਉਹਨਾਂ ਦੇ ਕੋਲ ਇੱਕ ਐਸਾ ਧਾਤੂ ਹੈਗਾ ਰੈੱਡ ਮਰਕਰੀ ਜਿਹਦੇ ਨਾਲ ਕਰੋਨਾ ਦਾ ਇਲਾਜ ਕੀਤਾ ਜਾਂਦਾ, ਅਤੇ ਉਹਨਾਂ ਨੂੰ ਉਹਨੂੰ ਇਹ ਝਾਂਸਾ ਦਿੱਤਾ ਵੀ ਇਹਦੀ ਜਰਮਨੀ ਦੇ ਵਿੱਚ ਬਹੁਤ ਡਿਮਾਂਡ ਹੈਗੀ ਹੈ ਔਰ ਜੇ ਇਹ ਉਹ ਖਰੀਦ ਕੇ ਅੱਗੇ ਵੇਚਦਾ ਹੈਗਾ ਤਾਂ ਉਹਦੀ 3 ਗੁਣਾ ਪ੍ਰਾਈਸ ਉਹਨੂੰ ਮਿਲੇਗੀ, ਜਿਸ ਦੇ ਲਾਲਚ ਦੇ ਵਿੱਚ ਉਹਨੇ 5 ਲੱਖ ਰੁਪਏ 'ਚ ਇਹਨਾਂ ਨਾਲ ਸੌਦਾ ਤੈਅ ਕੀਤਾ ਸੀਗਾ। ਅਤੇ ਸੌਦਾ ਤੈਅ ਕਰਨ ਵਿੱਚ ਜਦੋਂ ਇੱਥੇ ਮੁਕਰਰ ਜਗ੍ਹਾ 'ਤੇ ਆਏ ਸੀ ਅਤੇ ਇਹ ਦੋ ਵਿਅਕਤੀ ਉਹ ਤੋਂ ਪੈਸੇ ਖੋਹ ਕੇ ਲੈ ਗਏ ਸੀਗੇ। ਇਹ ਸਾਰੀ ਗੱਲ ਜਿਹੜੀ ਮਰਕਰੀ ਰੈੱਡ ਮਰਕਰੀ ਵਾਲੀ ਹੈਗੀ ਹੈ, ਜਦੋਂ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਮੁਕੱਦਮੇ ਦੀ ਪੁੱਛਗਿੱਛ ਕੀਤੀ ਮੁਕੱਦਮੇ ਦੇ ਵਿੱਚ, ਤਾਂ ਫਿਰ ਇਹ ਗੱਲ ਸਾਹਮਣੇ ਆਈ ਸੀ ਵੀ ਇਸ ਕਰਕੇ ਇਹਨੂੰ ਚਾਂਸੇ 'ਚ ਲੈ ਕੇ ਅਤੇ ਇਹ ਤੋਂ ਪੈਸੇ ਖੋਏ ਸੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।